Hi, good morning everyone. This is Navkar Hukadi. ਤੁਸੀਂ ਸਾਰੇ ਜਣੇ ਵਧੀਆ ਹੋਗੇ ਐਂਡ ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਅੱਜ ਧੁੱਪ ਇੰਨੀ ਜ਼ਿਆਦਾ ਸੋਹਣੀ ਲੱਗੀ ਹੋਈ ਹੈ ਕਿ ਸਾਰੇ ਰੱਗ ਵਗੈਰਾ ਬਾਹਰ ਪਾਏ ਹੋਏ ਆ ਧੁੱਪ ਲਈ, ਐਂਡ ਗਰਾਸ ਇੰਨੀ ਸੋਹਣੀ ਲੱਗ ਰਹੀ ਹੈ ਬਟ ਇਹ ਵੀ ਕੱਟਣ ਵਾਲੀ ਹੋਈ ਹੋਈ ਆ। ਸੋ ਕਰਮ ਹੁਣੀ ਕ੍ਰਿਕਟ ਖੇਡਣ ਗਏ ਸੀ ਬਟ ਨਾਲ ਦੀ ਨਾਲ ਕਰਨ ਉਹਨਾਂ ਦੀ ਕਾਲ ਆ ਗਈ, ਕਰਨ ਅਤੇ ਰਾਜਦੀਪ ਦੀ, ਕਿ ਅਸੀਂ ਆਉਂਦੇ ਹਾਂ। ਤਾਂ ਫਿਰ ਕਰਮ ਕਹਿੰਦਾ ਕਿ ਚੱਲ ਠੀਕ ਆ, ਜਦੋਂ ਉਹ ਆਉਂਦੇ ਆ ਮੈਨੂੰ ਕਾਲ ਕਰ ਦੀ ਤਾਂ ਕਿ ਮੈਂ ਆ ਜਾਊਂਗਾ ਉਦੋਂ। ਐਕਚੁਅਲੀ ਜਿਹੜਾ ਮੰਮੀ ਨੇ ਸਮਾਨ ਭੇਜਿਆ ਸੀ ਇੰਡੀਆ ਤੋਂ ਉਹ ਲੈਣ ਆ ਰਿਹਾ ਅਤੇ ਮੇਰਾ ਸਮਾਨ ਮੈਨੂੰ ਵਾਪਸ ਦੇਣ ਆ ਰਿਹਾ। ਅੱਜ ਫਾਈਨਲੀ ਮੇਰਾ ਸਮਾਨ ਮੈਨੂੰ ਵਾਪਸ ਮਿਲ ਰਿਹਾ। ਸੋ ਉਹਨਾਂ ਦੇ ਆਉਣ ਲਈ ਮੈਂ ਕਿਹਾ ਚਲੋ, ਮਤਲਬ ਬ੍ਰੰਚ ਵਗੈਰਾ ਅਸੀਂ ਕਰ ਲਿਆ ਸੀ ਕਿਉਂਕਿ ਅਸੀਂ ਲੇਟ ਹੀ ਉੱਠੇ ਹਾਂ, ਅਰਾਊਂਡ 2-3 ਵਜੇ ਉੱਠੇ ਹਾਂ, ਅਤੇ ਬ੍ਰੇਕਫਾਸਟ ਬ੍ਰੰਚ ਕਰ ਲਿਆ ਸੀ, ਨੋਟ ਬ੍ਰੇਕਫਾਸਟ, ਬ੍ਰੰਚ ਕਰ ਲਿਆ ਸੀ। ਅਤੇ ਹੁਣ ਬਸ ਮੈਂ ਤਿਆਰ ਹੁੰਦੀ ਹਾਂ ਤਾਂ ਕਿ ਉਹਨਾਂ ਦੇ ਸਾਹਮਣੇ ਥੋੜ੍ਹਾ ਜਿਹਾ ਪ੍ਰੈਜੈਂਟੇਬਲ ਲੱਗਾ। ਚਲੋ ਓਕੇ। ਸੋ ਮੈਂ ਨੀਚੇ ਕਲੀਨਿੰਗ ਵਗੈਰਾ ਕਰਕੇ ਆ ਗਈ ਹਾਂ, ਹੁਣ ਮੈਂ ਮਿੰਟੋ ਮਿੰਟ ਤਿਆਰ ਹੁੰਦੀ ਹਾਂ ਅਤੇ ਰੂਮ ਨੂੰ ਵੀ ਥੋੜ੍ਹਾ ਜਿਹਾ ਕਲੀਨ ਕਰਦੀ ਹਾਂ ਕਿਉਂਕਿ ਅਸੀਂ ਇੱਦਾਂ ਹੀ ਉੱਠ ਕੇ ਚਲੇ ਗਏ ਸੀ। ਅਤੇ ਹੁਣੀ ਬਸ ਪਹਿਲਾਂ ਰੂਮ ਨੂੰ ਸੈੱਟ ਕਰਦੀ ਹਾਂ, ਫਿਰ ਆਪਣੇ ਆਪ ਨੂੰ ਸੈੱਟ ਕਰਦੀ ਹਾਂ ਅਤੇ ਫਿਰ ਉਹਨਾਂ ਦੇ ਲਈ, ਕਿਉਂਕਿ ਉਹ ਕਹਿੰਦੇ, ਮੈਂ ਉਹਨਾਂ ਨੂੰ ਕਿਹਾ ਸੀ ਰੋਟੀ ਖਾ ਲਓ ਇੱਥੇ ਸਾਡੇ ਕੋਲ, ਅਤੇ ਉਹ ਕਹਿੰਦੇ ਨਹੀਂ ਅਸੀਂ ਰੋਟੀ ਨਹੀਂ ਖਾਣੀ ਵੀ ਆਲਰੇਡੀ ਸਾਡੇ ਕਿਸੇ ਨੇ ਆਉਣਾ ਵਾ। ਤਾਂ ਚਲੋ ਛੇਤੀ ਛੇਤੀ ਰੈਡੀ ਹੁੰਦੀ ਹਾਂ। ਸੋ ਇੱਥੇ ਬਿਨਾਂ ਟਾਈਮ ਵੇਸਟ ਕੀਤੇ ਮੈਂ ਰੈਡੀ ਹੋ ਗਈ ਹਾਂ ਕਿਉਂਕਿ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੈਗਾ, ਉਹਨਾਂ ਦੇ ਵੀ ਅੱਜ ਕਿਸੇ ਨੇ ਆਉਣਾ ਵਾ ਅਤੇ ਉਹ ਕਹਿ ਰਹੇ ਸੀ ਕਿ ਅਸੀਂ ਮਤਲਬ ਆਉਣ ਜਾਣ ਹੀ ਕਰਨਾ ਜਿੱਦਾਂ, ਅਤੇ ਜਸਟ ਤਾਂ ਫਿਰ ਮੈਂ ਟਾਈਮ ਵੇਸਟ ਨਹੀਂ ਕੀਤਾ, ਮੈਂ ਕਿਹਾ ਚੱਲ ਛੇਤੀ ਛੇਤੀ ਰੈਡੀ ਹੋ ਜਾਂਦੀ ਹਾਂ ਕਿਉਂਕਿ ਉਹਨਾਂ ਨੇ ਵੀ ਆਪਣੇ ਕੰਮ ਆ, ਹੈ ਨਾ, ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਉਹਨਾਂ ਦੇ ਉਹ ਵਾਲੇ ਕੰਮ ਵੀ ਲੇਟ ਹੋਣ। ਅਤੇ ਸੋ ਮੈਂ ਰੈਡੀ ਹੋ ਗਈ ਹਾਂ, ਇਹਨਾਂ ਨੇ ਆਹ ਵਾਲਾ ਪਾਰਸਲ ਲੈਣਾ ਆਉਣਾ ਅੱਜ ਜਿਹੜਾ ਇੰਡੀਆ ਤੋਂ ਆਇਆ ਸੀ, ਮੈਂ ਆਪਣਾ ਸਮਾਨ ਕੱਢ ਕੇ ਰੱਖ ਲਿਆ ਸੀ ਤਾਂ ਇਹਨਾਂ ਨੇ ਅੱਜ ਆਹ ਲੈ ਕੇ ਜਾਣਾ ਅਤੇ ਮੇਰਾ ਸਮਾਨ ਵਾਪਸ ਦੇ ਕੇ ਜਾਣਗੇ। ਮੈਂ ਤਾਂ, ਮੈਨੂੰ ਇੰਨੀ ਨੀਡ ਨਹੀਂ ਆ ਬਟ ਇਟ ਜਸਟ ਇੱਕ ਬਹਾਨਾ ਜਿਹਾ ਸੀਗਾ ਕਿ ਚੱਲ ਮੇਰਾ ਸਮਾਨ ਦੇਣ ਆਉਣਗੇ, ਮੈਨੂੰ ਮਿਲਣ ਵੀ ਆਉਣਗੇ। ਅਤੇ ਬਟ ਮੈਨੂੰ ਨਹੀਂ ਪਤਾ ਸੀ ਉਹ ਮੇਰੇ ਬਹਾਨੇ ਦੇ ਚੱਕਰ 'ਚ ਉਹਨਾਂ ਨੇ ਸਿਰਫ ਅਪ ਡਾਊਨ ਹੀ ਕਰਨਾ ਕਿਉਂਕਿ ਉਹਨਾਂ ਦੇ ਕਿਸੇ ਨੇ ਆਉਣਾ। ਅਤੇ ਅੱਜ ਵੈਸੇ ਵੀ ਸੰਡੇ, ਅੱਜ ਕਰਮ ਘਰ ਆ, ਕਰਮ ਹੁਣੀ ਕ੍ਰਿਕਟ ਖੇਡਣ ਗਏ, ਸੋ ਕਰਮ ਵੀ ਕਹਿ ਰਹੇ ਸੀ ਕਿ ਆਪਾਂ ਕਿਤੇ ਘੁੰਮਣ ਜਾਊਂਗੇ। ਸੋ ਮੋਸਟ ਪ੍ਰੋਬਲੀ ਇਸ ਤੋਂ ਬਾਅਦ ਜਦੋਂ ਕਰਮ ਆ ਜਾਂਦੇ ਫਿਰ ਸ਼ਾਇਦ ਅਸੀਂ ਘੁੰਮਣ ਕਿਤੇ ਜਾਈਏ। ਅਤੇ ਲੈਟ ਸੀ, ਹੁਣ ਚੱਲਦੇ ਹਾਂ ਨੀਚੇ, ਤੁਹਾਨੂੰ ਮੈਂ ਆਪਣੇ ਰੂਮ ਦੀ ਲੁੱਕ ਦਿਖਾਉਂਦੀ ਹਾਂ ਕਿਉਂਕਿ ਮੈਨੂੰ ਅੱਜ ਕੱਲ੍ਹ ਆਹ ਲੁੱਕ ਬਹੁਤ ਸੋਹਣੀ ਲੱਗ ਰਹੀ ਹੈ, ਲਾਈਟਸ ਆਫ ਹੋ ਗਈਆਂ ਸੀ। ਕਿ ਆਹ ਮੇਰੇ ਰੂਮ ਦਾ ਲੁੱਕ ਆ, ਆਹ ਵਾਟਰਫਾਲ। ਇਹ ਮੈਨੂੰ ਜਿਨ੍ਹਾਂ ਨੇ ਪੁੱਛਿਆ ਸੀਗਾ ਕਿੱਥੋਂ ਆਏ, ਐਮਾਜ਼ੋਨ ਤੋਂ ਹੀ ਔਡਰ ਕੀਤਾ ਸੀ ਮੈਂ ਇਹ, ਅਤੇ ਹੁਣ ਮੈਂ ਕੁਛ ਕਰਨਾ ਨਹੀਂ ਹੈ ਕਿਉਂਕਿ ਮੈਂ ਰੈਡੀ ਹੋ ਗਈ ਹਾਂ। ਜਸਟ ਮੈਂ ਆਪਣੇ ਬ੍ਰਦਰ ਦੀ ਵੇਟ ਕਰਦੀ ਪਈ ਹਾਂ, ਜਦੋਂ ਆਉਂਦੇ ਆ ਫਿਰ ਉਹ ਸਮਾਨ ਲੈ ਕੇ ਜਾਂਦੇ ਆ। ਬਾਹਰ ਖੜ੍ਹ ਕੇ ਹੁਣ ਮੈਂ ਵੇਟ ਕਰ ਰਹੀ ਹਾਂ ਕਿਉਂਕਿ ਇਹਨਾਂ ਨੇ ਮੈਨੂੰ 20 ਮਿੰਟ ਕਿਹਾ ਸੀ, ਹਾਲੇ ਤੱਕ ਆਏ ਨਹੀਂ ਹੈਗੇ। ਦੇਖੋ ਕਦੋਂ ਤੱਕ ਆਉਂਦੇ ਆ। ਮੈਂ ਥੱਕ ਕੇ ਇੱਥੇ ਘਰ ਦੇ ਬਾਹਰ ਬਹਿ ਗਈ ਹਾਂ ਕਿ ਜਦੋਂ ਆਉਣਗੇ ਉਦੋਂ ਦੇਖੀ ਜਾਊਗੀ। ਹੁਣੀ ਕਾਲ ਕਰਕੇ ਕਹਿ ਰਿਹਾ ਕਿ 15 ਮਿੰਟ ਦੇ ਵਿੱਚ ਆਉਣਾ ਵਾ, ਅਤੇ ਬਟ ਮੌਸਮ ਬਹੁਤ ਜ਼ਿਆਦਾ ਸੋਹਣਾ ਇਸ ਲਈ ਮੈਂ ਬਾਹਰ ਬਹਿ ਕੇ ਇੰਜੋਏ ਕਰ ਰਹੀ ਹਾਂ। ਅਤੇ ਕਰਮ ਨੂੰ ਵੀ ਕਾਲ ਕਰਦੀ ਹੋਈ ਆਲਰੇਡੀ ਕਿ ਆ ਜਾਓ ਆਉਣ ਵਾਲੇ ਆ, ਅਤੇ ਕਰਮ ਕਹਿੰਦੇ ਕਿ ਮੈਨੂੰ 2 ਮਿੰਟ ਦੀ ਡਰਾਈਵ 'ਤੇ ਆ, ਜਦੋਂ ਆ ਜਾਣਗੇ ਉਦੋਂ ਮੈਨੂੰ ਕਾਲ ਕਰੀ, ਮੈਂ ਉਦੋਂ ਆਊਂਗਾ। ਅਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਉਣੀ ਆ, ਆਹ ਵਾਲਾ ਛੱਲਾ ਦਿਖਾਉਣੀ ਤੁਹਾਨੂੰ ਮੈਂ। ਨੇਲਸ ਨੂੰ ਇਗਨੋਰ ਕਰੋ ਯਾਰ, ਨੇਲਸ ਲਗਵਾਏ ਸੀ ਨਾ ਉਸ ਤੋਂ ਬਾਅਦ ਨੇਲਸ ਦੀ ਆਹ ਹਾਲਤ ਹੋ ਜਾਂਦੀ ਆ, ਹੁਣ ਮਸਾਂ ਸਹੀ ਹੋਣੇ ਆ। ਦੇਖੋ ਇਹਦੇ 'ਤੇ ਲਿਖਿਆ ਵਾ ਕਰਨਵ, ਅਤੇ ਇਹਦੇ ਨਾਲ ਦਾ ਸੇਮ ਰਾਜਦੀਪ ਕੋਲ ਵੀ ਆ, ਉਹਦੇ 'ਤੇ ਲਿਖਿਆ ਵਾ, ਜਦੋਂ ਆਊਗੀ ਉਦੋਂ ਤੁਹਾਨੂੰ ਦਿਖਾਊਂਗੀ ਕਿ ਉਹਦੇ ਛੱਲੇ 'ਤੇ ਕੀ ਲਿਖਿਆ ਹੋਇਆ।
ਇਹ ਮੈਨੂੰ ਕਹਿੰਦਾ ਹੁੰਦਾ ਕਿ ਤੂੰ ਕਦੇ ਟਾਈਮ 'ਤੇ ਨਹੀਂ ਆਉਂਦੀ, ਅਤੇ ਇਹਨੇ ਮੈਨੂੰ ਉਠਾਇਆ ਹੋਇਆ। ਇੱਕ ਤਾਂ ਮੈਂ ਇੰਨੀ ਚੰਗੀ ਭਲੀ ਨੀਂਦ ਲੈ ਰਹੀ ਸੀ, ਇੰਨੀ ਸੋਹਣੀ ਨੀਂਦ ਲੈ ਰਹੀ ਸੀ, ਕਿਉਂਕਿ ਤੁਹਾਨੂੰ ਪਤਾ ਮੋਰਨਿੰਗ ਮੋਰਨਿੰਗ ਇੰਨੀ ਸੋਹਣੀ ਨੀਂਦ ਆਉਂਦੀ, ਮਤਲਬ ਮੋਰਨਿੰਗ ਨਹੀਂ ਸੀ ਬਟ ਆਫਟਰਨੂਨ ਸੀ, ਸਟਿਲ ਨੀਂਦ ਬਹੁਤ ਸੋਹਣੀ ਆਈ ਸੀ। ਇਹਨੇ ਤਾਂ ਪਹਿਲਾਂ ਮੈਨੂੰ ਉੱਤੇ ਉਠਾਇਆ, ਉਦੋਂ ਨਹੀਂ ਆਇਆ, ਫਿਰ ਮੈਨੂੰ ਕਹਿੰਦਾ ਮੈਂ 5 ਵਜੇ ਆਊਂਗਾ, 5 ਵਜੇ ਨਹੀਂ ਆਇਆ, ਹੁਣ ਆਲਮੋਸਟ ਮਤਲਬ 5:30 ਹੋ ਚੱਲੇ ਆ, ਮੈਨੂੰ ਨਹੀਂ ਪਤਾ ਐਗਜੈਕਟ ਟਾਈਮ ਕਿੰਨਾ ਹੋਇਆ, ਬਟ ਇਹ ਹਾਲੇ ਤੱਕ ਨਹੀਂ ਆਇਆ। ਮੈਨੂੰ ਪਹਿਲਾਂ 2 ਮਿੰਟ ਕਿਹਾ, ਫਿਰ ਮੈਂ ਮਿੰਟੋ ਮਿੰਟੇ ਰੈਡੀ ਹੋ ਗਈ, ਮੈਂ ਘਰ ਸਾਰਾ ਕਲੀਨ ਕਲੂਨ ਕਰਤਾ ਕਿ ਚੱਲ ਉਹਨੇ ਆਉਣਾ, ਵੈਸੇ ਤਾਂ ਮੇਰਾ ਕਲੀਨ ਹੁੰਦਾ ਕਿਉਂਕਿ ਡੀਪ ਕਲੀਨਿੰਗ ਕੀਤੀ ਆ, ਬਟ ਹਾਲੇ ਤੱਕ ਨਹੀਂ ਆਇਆ, ਅਤੇ ਹੁਣ ਦੇਖੋ ਕਦੋਂ ਆਉਂਦਾ, ਮੈਨੂੰ ਲੱਗਦਾ ਗੱਡੀ ਦੀ ਆਵਾਜ਼ ਆ ਰਹੀ। ਓਕੇ, ਮੈਂ ਹੁਣ ਕੈਮਰਾ ਦੂਸਰੀ ਸਾਈਡ ਤੋਂ ਫੜ ਲਿਆ ਕਿ ਜਦੋਂ ਉਹ ਆਉਣਗੇ ਮੈਂ ਨਾਲ ਦੀ ਨਾਲ ਕੈਪਚਰ ਕਰ ਲੂੰਗੀ ਮੂਵਮੈਂਟ, ਕਿਉਂਕਿ ਨਾ ਇੱਕੋ ਦਮ ਕੈਮਰਾ ਨਹੀਂ ਨਿਕਲਦਾ ਹੈਗਾ। ਸੋ ਮੈਂ ਕਿਸ ਦੂਸਰੀ ਸਾਈਡ ਤੋਂ ਕੈਮਰਾ ਫੜਦੀ ਹਾਂ, ਅਤੇ ਜਦੋਂ ਆਊਗਾ ਉਦੋਂ ਤੁਹਾਨੂੰ ਦਿਖਾਊਂਗੀ। ਬਟ ਮੌਸਮ ਬਹੁਤ ਸੋਹਣਾ, ਮਤਲਬ ਆ ਦੇਖੋ ਪੱਤੇ ਹਿਲਦੇ ਦੇਖਦੇ ਪਏ, ਬਹੁਤ ਸੋਹਣਾ ਮੌਸਮ ਅੱਜ, ਬਹੁਤ ਜ਼ਿਆਦਾ ਸੋਹਣਾ। ਮਤਲਬ ਧੁੱਪ ਵੀ ਹੈਗੀ ਆ ਹਲਕੀ ਹਲਕੀ, ਬਟ ਇੱਧਰਲੀ ਸਾਈਡ ਸਾਡੇ ਘਰ ਵਾਲੀ ਸਾਈਡ ਸ਼ਾਮ ਆ ਸਾਰੇ, ਅਤੇ ਇੱਥੇ ਬੈਠੀ ਹਾਂ। ਹੁਣ ਇਹਨਾਂ ਦੇ ਜਾਣ ਤੋਂ ਬਾਅਦ ਮੈਂ ਸ਼ਾਇਦ ਆ ਵੀ ਏਰੀਆ ਕਲੀਨ ਕਰੂੰਗੀ ਅੱਜ, ਬਟ ਇਫ ਮੂਡ ਹੋਇਆ, ਹਾਲੇ ਤੱਕ ਤਾਂ ਮੂਡ ਹੈ ਨਹੀਂ, ਬਟ ਦੇਖੂੰਗੀ ਟਾਈਮ ਨਾਲ। ਜਦੋਂ ਕਿਤੇ ਗੱਡੀ ਦੀ ਆਵਾਜ਼ ਆਉਂਦੀ ਹੈ ਨਾ ਮੈਂ ਕੈਮਰਾ ਔਨ ਕਰ ਲੈਂਦੀ ਹਾਂ, ਬਟ ਉਹ ਮੇਰਾ ਭਰਾ ਨਹੀਂ ਹੁੰਦਾ, ਕਿਉਂਕਿ ਉਹਨੇ ਡਰੈਂਗੋ ਦੀ ਇੰਨੀ ਆਵਾਜ਼ ਕੀਤੀ ਹੋਈ ਕਿ ਜਦੋਂ ਇੱਧਰੋਂ ਟਰਨ ਕਰਦਾ ਨਾ ਮੈਨੂੰ ਉਦੋਂ ਹੀ ਮਤਲਬ ਪਤਾ ਲੱਗ ਜਾਂਦਾ ਕਿ ਮੇਰਾ ਭਰਾ ਆ ਗਿਆ। ਸੋ ਬਟ ਹਾਲੇ ਤੱਕ ਆਇਆ ਨਹੀਂ ਆ। ਅੰਕਲ ਜੀ ਨਾ ਚੱਕ ਰਹੇ, ਆਵਾਜ਼ ਤਾਂ ਆ ਰਹੀ ਆ, ਬਹੁਤ ਤੇਜ਼ ਆਵਾਜ਼ ਆ ਰਹੀ ਆ, ਹੁਣ ਇੱਦਾਂ ਲੱਗ ਰਿਹਾ ਕਿ ਮੇਰੇ ਬ੍ਰਦਰ ਦੀ ਉਹੀ ਗੱਡੀ ਆ ਰਹੀ, ਕਿਉਂਕਿ ਉਹਨੇ ਇੰਨੀ ਆਵਾਜ਼ ਕੀਤੀ ਹੋਈ ਨਾ ਡਰੈਂਗੋ ਦੀ ਕਿ ਮੈਨੂੰ ਦੂਰੋਂ ਹੀ ਪਤਾ ਲੱਗਦਾ। ਮੇਰੇ ਰੂਮ ਤੋਂ ਮੈਨੂੰ ਸਭ ਪਤਾ ਲੱਗ ਜਾਂਦਾ ਜਦੋਂ ਟਰਨ ਵੀ ਕਰਦਾ ਨਾ ਕਿ ਹਾਂ ਗੱਡੀ ਮੁੜ ਗਈ ਇੱਧਰ ਨੂੰ ਆਉਂਦੇ ਨੂੰ। ਅਤੇ ਸੇਮ ਥਿੰਗ ਇੱਦਾਂ ਹੁੰਦੀ ਸੀ ਜਦੋਂ ਇਹ ਇੰਡੀਆ ਦੇ ਵਿੱਚ ਗੱਡੀ 'ਤੇ ਜਾਂਦਾ ਹੁੰਦਾ ਸੀ ਬਾਹਰ, ਤਾਂ ਮੰਮੀ ਨੂੰ ਦੂਰੋਂ ਪਤਾ ਲੱਗ ਜਾਂਦਾ ਸੀ ਕਿ ਇਹ ਆ ਗਿਆ, ਜਾਂ ਤਾਂ ਇਹਨੇ ਹੌਰਨ ਮਾਰ ਦੇਣਾ ਅਤੇ ਮੰਮੀ ਨੇ ਜਾ ਕੇ ਸਿੱਧਾ ਗੇਟ ਓਪਨ ਕਰ ਦੇਣਾ ਇਹਦੇ ਲਈ। ਅਤੇ ਉਧਰ ਲੱਗਣੀ ਸੀ ਆ ਕਰ, ਆਪਣਾ ਨਹੀਂ ਆਪਣਾ ਬਾਰੀ ਆਪਣਾ ਨਹੀਂ ਕਰ। ਸਤਿ ਸ੍ਰੀ ਅਕਾਲ ਜੀ, ਕਿੱਦਾਂ ਠੀਕ ਹੋ? ਮੈਂ ਕਿਹਾ ਹਾਲ ਚਾਲ ਪੁੱਛ ਲਈਏ ਬਹਾਨੇ ਨਾਲ। ਇਹਨਾਂ ਆਏ ਗੱਡੀ ਲਾ ਕੇ ਆਇਆ ਮੈਂ, ਆਇਆ ਮੈਂ ਨੀਚੇ ਲਾਤੀ ਆ, ਮੈਨੂੰ ਦੂਰੋਂ ਪਤਾ ਲੱਗ ਗਿਆ ਤੇਰੀ ਗੱਡੀ ਆਈ ਤੈਨੂੰ ਪਤਾ, ਉਦੋਂ ਮੈਂ ਕੈਮਰਾ ਔਨ ਕਰ ਲਿਆ ਸੀ, ਫਿਰ ਉਹ ਸ਼ੁਭ ਆ ਗਿਆ ਬਾਅਦ ਮੈਂ ਉਹਦੇ ਨਾਲ ਕਰਨ ਲੱਗ ਗਿਆ ਗੱਲ ਕਰਕੇ। ਹਾਂ ਜਿੰਦਾ ਰਹਿ ਰੱਜੋ, ਕਿੱਦਾਂ? ਠੀਕ ਠਾਕ। ਆ ਜਾ ਆ ਜਾ, ਤੂੰ ਚੀਜ਼ਾਂ ਲੈ ਕੇ ਆਏਗਾ ਸਾਨੂੰ ਕਿ ਮੇਰਾ ਸਮਾਨ ਹੀ ਲੈ ਕੇ ਆਇਆ? ਬਸ ਸਮਾਨ ਹੀ ਲੈ ਕੇ ਆਇਆ। ਆ ਕਿੰਨੇ ਦਾ ਲੈਂਦਾ? 17 ਦਾ। ਸਹੀ ਹੈ, ਤੁਹਾਨੂੰ ਇਹਦੀ ਲੋੜ ਪੈਂਦੀ ਹੁਣ? ਪੈਣੀ ਹੈ। ਕਿਉਂ? ਹੁਣ ਇੱਕ ਕੋਲੀ ਲੈ ਕੇ ਚੱਲੇ ਆ, ਮਹੀਨੇ ਬਾਅਦ ਵਾਪਸ ਆਉਣੀ। ਦੋ ਤਿੰਨ ਵਾਰ ਤੁਸੀਂ ਬਲੌਗ ਚ ਬੋਲੋਗੇ ਤਾਂ ਸਾਡੀ ਕੋਲੀ ਮਿਲੇ, ਸਾਡੀ ਕੋਲੀ ਮਿਲੇ, ਫੇਰ ਮੁੜ ਕੇ ਆਊਗੀ, ਇਹਨੂੰ ਪਹਿਲਾਂ ਵਾਪਸ ਨਹੀਂ ਆਉਂਦੀ। ਆ ਜੂਗੀ ਚੱਲ। ਕੁਛ
ਕੁਛ ਨਹੀਂ ਮੈਂ ਆਪਣੀ ਦਿਖਾਈ ਨਾ ਕਰਨ ਵਾਲੀ ਮੈਂ ਕਿਹਾ ਇਹਦੇ ਕੋਲ ਰਾਜੀ ਕੋਲ ਵੀ ਸੇਮ ਆ ਅਤੇ ਉਹਦੇ 'ਤੇ ਦਿਖਾਊਂਗੀ ਕੀ ਲਿਖਿਆ ਬਾਏ 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 ਮੈਂ ਨੇਲਸ ਕਰਾਉਣ ਆਊਂਗਾ 8 ਨੂੰ ਜਾਣਾ ਨਾ ਆਪਾਂ ਉਦੋਂ ਫਿਰ ਨੇਲਸ ਕਰਾਉਣਾ ਕਿਹੜਾ ਸੂਟ ਪਾਉਣਾ ਡਿਸਾਈਡ ਕੋਈ ਪਰਾਂਦੀ ਪਰੂੰਦੀ ਪਾਉਣੀ ਆ ਮੇਰੇ ਕੋਲ ਹੈ ਨਹੀਂ ਤੇ ਕੋਈ ਗਿਆ ਨਹੀਂ ਫਿਰ ਮੰਮੀ ਕਹਿੰਦੇ ਹੈਗੀ ਪਰਾਂਦੀ ਵਗਾ ਹੈਗੀ ਲਾਡਾ ਦੀਦੀ ਕੋਲ ਪਰਾਂਦੀ ਪਾਉਣੀ ਆ ਪਰ ਹੈ ਨਹੀਂ ਮੰਮੀ ਮੈਨੂੰ ਪੁੱਛ ਰਹੀ ਸੀ ਮੰਮੀ ਕਹਿੰਦੇ ਕਿੱਥੇ ਹੈ ਪਰਾਂਦੀ ਤੁਹਾਡੇ ਕੋਲ ਹੈਗੀ ਮੈਂ ਇਧਰੋਂ ਭੇਜ ਦਾਂ ਮੈਂ ਕਿਹਾ ਨਹੀਂ ਲਾਡੂ ਦੀਦੀ ਕੋਲ ਹੈਗੀ ਮੈਂ ਉਹਨਾਂ ਨੇ ਪਾਉਣੀ ਹੈ ਨਹੀਂ ਕਿਤੋਂ ਪੂਰੀ ਹੈਰੀਟੇਜ ਤੋਂ ਗੱਡੀਆਂ ਵਾਲੀ ਪਰਾਂਦੀ ਨਹੀਂ ਚਾਹੀਦੀ ਸਾਨੂੰ ਬਾਲਾਂ ਵਾਲੀ ਪਰਾਂਦੀ ਚਾਹੀਦੀ ਆ ਜਾਵੜੂਗੇ ਮੈਂ ਜਾਣਾ ਥੋੜਾ ਜਿਹਾ ਸਮਾਨ ਸਮੂਨ ਲੈਣ ਜਾਣਾ ਕੁੜੀ ਕਰੀ ਦੁਬਾਰਾ ਦੁਬਾਰਾ ਰਾਦੀ ਪਲੀਜ਼ ਦੁਬਾਰਾ ਰਾਦੀ ਐਕਸ਼ਨ ਐਵਰੀ ਪਲੀਜ਼ ਕਿਆ ਭਰਾਵਾ ਚੱਲ ਠੀਕ ਆ ਫਿਰ ਮੈਂ ਜਿੱਦਣ ਫ੍ਰੀ ਹੋਈ ਮੈਨੂੰ ਦੱਸੀ ਆਪਾਂ ਉਦਣ ਪਰਾਂਦੀਆਂ ਲੈਣ ਚੱਲੂਗੇ ਮੈਂ ਵੀ ਲੈਣੀ ਆ ਨਾ ਜਾਓ ਤੁਸੀਂ ਜਾ ਰਹੇ ਹੋ ਤੁਸੀਂ ਨਾ ਜਾਓ ਮੈਂ ਰੋਟੀ ਦੇਣੀ ਆਪਣੇ ਪਰਾਹੁਣੇ ਨੂੰ ਇਹਦੇ ਆਉਣ ਦਾ ਵੀ ਨੀ ਪਤਾ ਲੱਗਦਾ ਤੇ ਜਾਣ ਦਾ ਵੀ ਨੀ ਪਤਾ ਲੱਗਦਾ ਹਾਰਡਲੀ 15-20 ਮਿੰਟ ਬੈਠਾ ਮੇਰੇ ਕੋਲ ਤੇ ਹੁਣ ਮੇਰਾ ਸਮਾਨ ਵਾਪਸ ਆ ਗਿਆ ਆਪਣਾ ਲੈ ਗਿਆ ਤੇ ਚਲੋ ਹੁਣ ਮੈਂ ਸਮਾਨ ਥੋੜ੍ਹਾ ਜਿਹਾ ਸੈੱਟ ਕਰ ਲੈਂਦੀ ਹਾਂ ਅਤੇ ਇਸੇ ਨਾਲ ਇਸ ਵਲੋਗ ਨੂੰ ਐਂਡ ਕਰਦੇ ਹਾਂ ਅਤੇ ਅੱਜ ਬਹੁਤ ਜ਼ਿਆਦਾ ਮਜ਼ਾ ਆਇਆ ਮੈਂ ਤਾਂ ਕਰਨ ਬੈਠਿਆ ਸੀ ਰਾਜਦੀਪ ਨੂੰ ਆਪਣੀਆਂ ਪੁਰਾਣੀਆਂ ਗੱਲਾਂ ਦੱਸ ਰਹੇ ਸੀ ਕਿ ਅਸੀਂ ਬਚਪਨ 'ਚ ਕੀ ਕੀਤਾ ਕਿੱਦਾਂ ਗੁੱਟ ਖਾਧੀ ਕਿੱਦਾਂ ਮੰਮੀ ਨੇ ਤੰਗ ਕੀਤਾ ਅਤੇ ਚਲੋ ਇਸ ਵਲੋਗ ਨੂੰ ਆਪਾਂ ਇਸੇ ਨਾਲ ਐਂਡ ਕਰਦੇ ਹਾਂ ਥੈਂਕ ਯੂ ਸੋ ਮਚ ਮੇਰੇ ਵਲੋਗਸ ਨੂੰ ਦੇਖਣ ਲਈ ਐਂਡ ਇੰਨਾ ਸਾਰਾ ਪਿਆਰ ਦੇਣ ਲਈ ਬਾਏ ਬਾਏ